ਹਾਂਜੀ ਵੈਲਕਮ ਆ ਜੀ ਆਪਣੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਵਿੱਚ ਤੇ ਅੱਜ ਆਪਾਂ ਪਹਿਲਾਂ ਕਹਾਣੀ ਕਢਾਉਂਦੇ ਆ ਫਿਰ ਆਪਾਂ ਅੱਜ ਡੈੱਕ ਦਾ ਕੰਮ ਕਰਾਉਣਾ ਮਾੜਾ ਆ ਡੈੱਕ ਦਾ ਕੰਮ ਕੀ ਡੈੱਕ ਚੇਂਜ ਹੀ ਕਰ ਦੇਣਾ ਮੇਰੇ ਵੀਰੇ ਚੇਂਜ ਤੁਹਾਡੇ ਨਾਲ ਜਾ ਕੇ ਗੱਲਬਾਤ ਕਰਦੇ ਹਾਂ ਆਪਾਂ ਪਹੁੰਚ ਜਾਈਏ ਜਿੱਥੇ ਜਾਣਾ ਪਹਿਲਾਂ ਲਓ ਵੀ ਮਿੱਤਰੋ ਉਹ ਰਹੀ ਸਾਹਮਣੇ ਚੱਕੇ ਤੇ ਥੋੜ੍ਹਾ ਜਿਹਾ ਕਬਾੜ ਜਿਹਾ ਸੀਗਾ ਉਹ ਰੱਖ ਦੀ ਉਹਰੇ ਤੇ ਸ਼ਹਿਰ ਤਾਂ ਪਹੁੰਚ ਗਿਆ ਆਪਣੇ ਕੋਲੇ ਉਹ ਵਾਧੂ ਘੱਟੂ ਸਮਾਨ ਜਿਹਾ ਕਰੋ ਚੱਕ ਕੇ ਕਬਾੜ ਦੇ ਵਿੱਚ ਖੋਲ ਲਈਏ ਫਿਰ ਚੱਲਦੇ ਹਾਂ ਚੱਕੀ ਤੇ ਬਾਕੀ ਗੱਲਬਾਤ ਉੱਥੇ ਜਾ ਕੇ ਕਰਦੇ ਹਾਂ ਲਓ ਵੀ ਹੁਣ ਆਪਾਂ ਪਹੁੰਚ ਗਏ ਚੱਕੀ ਤੇ ਆਪਾਂ ਹੁਣ ਸਰੋਂ ਲਾਉਣੀ ਹੈ ਇੱਥੇ ਤੇਲ ਕਢਾਉਣਾ ਮੈਂ ਇਹਨਾਂ ਦਾ ਸਰੋਂ ਦਾ ਗੁਰਜੀਤ ਉੱਧਰ ਲੈ ਗਿਆ ਤੋਲਣ ਨੂੰ ਲੈ ਕੇ ਗਿਆ ਵਾ ਸਾਰੀਆਂ ਲਾਉਣੀਆਂ ਇੱਥੇ ਲਓ ਵੀ ਮਿੱਤਰ ਹੁਣ ਆਪਾਂ ਝਗਾਂਡਾ ਇੱਥੇ ਰੱਖਤਾ ਦੇਖੋ ਖੋ ਲਾ ਤਾ ਯਾਰੇ ਹੁਣ ਆਪਾਂ ਡੈੱਕ ਵਾਲੇ ਬਾਈ ਕੋਲ ਜਾਂਦੇ ਹਾਂ ਮਾੜਾ ਡੈੱਕ ਚੈੱਕ ਕਰਾਉਣਾ ਸੀਗਾ ਅਤੇ ਫਿਰ ਸਲਾਹ ਜੀ ਕਰਨੀ ਸੀ ਕਿਵੇਂ ਲਵਾਉਣਾ ਕਿੱਡਾ ਕੁ ਜਾਂ ਕੀ ਹਿਸਾਬ ਕਿਤਾਬ ਉੱਥੇ ਜਾ ਕੇ ਤੁਹਾਡੀ ਕਰਾਉਂਦੇ ਹਾਂ ਗੱਲਬਾਤ ਲਓ ਵੀ ਮਿੱਤਰ ਹੁਣ ਆਪਾਂ ਆ ਗਏ ਡੈੱਕ ਵਾਲੀ ਦੁਕਾਨ 'ਤੇ ਤੁਹਾਨੂੰ ਦੱਸਿਆ ਸੀਗਾ ਵੀ ਸੂ ਨਹੀਂ ਆਉਣਾ ਇਹ ਡੈੱਕ ਬਾਰੇ ਗੱਲਬਾਤ ਕਰਨ ਆਏ ਹਾਂ ਅਤੇ ਇਹਨੂੰ ਚੈੱਕ ਕਰਨਾ ਵੀ ਇਹ ਕਿੰਨਾ ਕੁ ਹੋਰ ਮਿਊਜ਼ਿਕ ਸਿਸਟਮ ਦਾ ਸਮਾਨ ਝੱਲ ਸਕਦਾ ਬਾਕੀ ਅਗਲੇ ਵਲੌਗਾਂ 'ਚ ਡੈੱਕ ਚੇਂਜ ਹੀ ਆ ਸਮਝ ਲਓ ਸੂ ਨਹੀਂ ਆ ਲਓ ਵੀ ਖੋਲ੍ਹ ਲਿਆ ਡੱਬਾ ਇਹ ਆ ਲਓ ਵੀ ਮੁੰਡਿਓ ਡੈੱਕ ਦਾ ਅੱਧੇ ਤੋਂ ਵੱਧ ਫਾਈਨਲ ਹੋ ਗਿਆ ਆਪਣਾ ਬਸ ਅਗਲੇ ਇੱਕ ਦੋ ਵਲੌਗ ਛੱਡ ਕੇ ਤੁਹਾਨੂੰ ਡੈੱਕ ਦਾ ਆਊਗਾ ਹੁਣ ਨਵਾਂ ਡੈੱਕ ਲਵਾਉਣਾ ਅਤੇ ਆਹ ਇੱਕ ਜਗਾੜ ਜਿਹਾ ਕਰਨ ਲੱਗੇ ਹਾਂ ਆਹ ਡੰਡਾ ਖੜਾਉਣ ਵਾਸਤੇ ਜਿਹੜਾ ਆਹ ਡੰਡਾ ਵਾ ਆਹ ਜਗਾੜ ਜਿਹਾ ਲਾਉਣਾ ਲੈਫਟ ਵਾਲਾ ਅਤੇ ਇੱਧਰ ਪਲੈਟਫਾਰਮ ਦਾ ਕੰਮ ਚੱਲੀ ਜਾਂਦਾ ਪਲੈਟਫਾਰਮ ਬਣਾਉਣ ਲਈ ਕੰਟੈਕਟ ਕਰੋ ਤੁਹਾਨੂੰ ਨੰਬਰ ਉੱਪਰ ਦੇ ਦੇਣਾ ਫੋਨ ਲਾਓ ਵੱਧ ਤੋਂ ਵੱਧ ਪਲੈਟਫਾਰਮ ਦੀ ਹੈ ਸਵਾਦ ਵਾਲੇ ਨਾਂ ਲਾਇਓ ਅਤੇ ਲੁੱਕ ਚੈੱਕ ਕਰੋ ਬਾਕੀ ਸਾਰਾ ਹੈਂਡਮੇਡ ਆ ਲਓ ਵੀ ਕਰਤਾ ਕੰਮ ਸੈੱਟ ਪੁੱਟ ਲਓ ਵੀ ਕਰਤਾ ਕੰਮ ਸੈੱਟ ਜਾ ਕੇ ਕਾਲੀ ਸਪਰੇ ਮਾਰ ਦਾਂਗੇ ਓਕੇ ਰਿਪੋਰਟ ਆ ਜੇ ਆਰ ਕੋ ਕੀ ਕਰਨਾ ਨਹੀਂ ਨਹੀਂ ਆਪਣੇ ਕੋਲ ਘਰੇ ਪਈ ਆ ਯਾਰ ਲੈ ਆਪਾਂ ਕਿਸੇ ਤੋਂ ਕਿਉਂ ਲੈ ਕੇ ਮਾਰਨੀ ਆ ਬਾਕੀ ਕੰਮ ਓਕੇ ਆ ਡੈੱਕ ਦੀ ਗੱਲਬਾਤ ਕਰਿਆ ਦੀ ਅਗਲੇ ਵਲੌਗਾਂ 'ਚ ਡੈੱਕ ਆਊਗਾ ਨਵਾਂ ਲਓ ਵੀ ਮਿੱਤਰੋ ਆ ਗਏ ਫਿਰ ਆਪਾਂ ਚੱਕੀ 'ਤੇ ਦਾਣਾ ਆਪਣਾ ਬਣ ਗਿਆ ਅਤੇ ਕਹਾਣੀ ਰਹਿ ਗਈ ਅਤੇ ਆਪਾਂ ਆਹ ਸਿਸਟਮ ਕਰਾ ਕੇ ਲੈ ਕੇ ਆਏ ਹਾਂ ਖੋਲ੍ਹ ਕੇ ਦਿਖਾਈ ਮਾੜਾ ਲੈਫਟ ਵਾਲਾ ਜਗਾੜਮੈਂਟ ਲਾਤਾ ਇੰਨਾ ਟਾਈਮ ਤੂੰ ਆਇਆ ਮੈਨੂੰ ਬਣਾ ਦੇ ਕੈਮਰਾ ਅਤੇ ਆਹ ਸਿਸਟਮ ਲਵਾ ਕੇ ਲੈ ਕੇ ਆਏ ਹਾਂ ਬਸ ਜਾ ਕੇ ਕਾਲੀ ਸਪਰੇ ਕਰ ਦਾਂਗੇ ਅਤੇ ਚੱਲਦੇ ਹਾਂ ਫਿਰ ਅੱਜ ਗੱਡੀ ਦੀ ਮਾੜੀ ਟੇਪ ਟੂਪ ਦਾ ਕੰਮ ਵੀ ਕਰਾਉਣਾ ਲਓ ਵੀ ਮਿੱਤਰੋ ਹਾਲਤ ਹੋ ਗਈ ਬੁਰੀ ਗਰਮੀ ਗਰਮੀ ਨਾਲ ਅੱਜ ਗਰਮੀ ਬਹੁਤ ਆ ਅਤੇ ਦਾਣਾ ਅਤੇ ਆਪਣਾ ਤੇਲ ਦਾ ਨਿਬੜ ਗਿਆ ਹੁਣ ਘਰ ਨੂੰ ਚੱਲਦੇ ਹਾਂ ਅਤੇ ਚਾਬੀ ਜੇਬ 'ਚ ਅਤੇ ਮਾਰਦੇ ਹਾਂ ਸੈਲਫ ਤੇਰਾ ਕੀ ਕਹਿਣਾ ਗਰਮੀ ਦਾ ਹੈਂ ਕੀ ਐਟਮਾਂ ਹੀ ਲਾਈ ਜਾਂਦਾ ਗਰਮੀ ਦਾ ਬੁਰਾ ਹਾਲ ਆ ਯਾਰ ਅੱਜ ਦਾ ਮਾਰੀਏ ਸੈਲਫ ਹੁਣ ਲਓ ਵੀ ਕੱਪੜਾ ਕੁੱਪੜਾ ਮਾਰ ਕੇ ਸਾਫ਼ ਕਰਤਾ ਹੁਣ ਇਹਦੇ ਸਪਰੇ ਮਾਰ ਲੱਗੇ ਹਾਂ ਸਪਰੇ ਮਾਰ ਕੇ ਤੁਹਾਨੂੰ ਚੈੱਕ ਕਰਾਉਂਦੇ ਹਾਂ ਫਿਰ ਲਓ ਬਈ ਆਹ ਹੋ ਗਿਆ ਨਿਬੜ ਗਿਆ ਅਤੇ ਸ਼ਾਮ ਜੀ ਨੂੰ ਆਪਾਂ ਗੱਡੀ ਦਾ ਕੰਮ ਕਰਾਉਣਾ ਮਾੜਾ ਜਿਹਾ ਟੇਪ ਦਾ ਅਤੇ ਸ਼ਾਮ ਨੂੰ ਚੱਲਾਂਗੇ ਮਿਲਦੇ ਹਾਂ ਹੁਣ ਫਿਰ ਤੁਹਾਨੂੰ ਸ਼ਾਮ ਨੂੰ ਹੁਣ ਆਪਾਂ ਗੱਡੀ ਦਾ ਕਰਾ ਲਈਏ ਜਿਵੇਂ ਤੁਹਾਨੂੰ ਦੱਸਿਆ ਇਹ ਵੀ ਆਪਾਂ ਇਹਦੇ ਸਟਿੱਕਰ ਜਿਹੇ ਲਵਾਉਣੇ ਆ ਆਹ ਸ਼ਾਇਦ ਗਰੇਵਾਲ ਵੀ ਆਪਾਂ ਹੋਰ ਫੋਂਟਾਂ 'ਚ ਲਿਖਾਈਏ ਅਤੇ ਬਾਕੀ ਜਿਹੜਾ ਇਹਦਾ ਛੋਟਾ ਮੋਟਾ ਕੰਮ ਰਹਿੰਦਾ ਉਹ ਆਪਾਂ ਕਰਾ ਲੈਣਾ ਹੁਣ ਜਾ ਕੇ ਅਤੇ ਤੁਹਾਨੂੰ ਦਿਖਾਉਂਦੇ ਹਾਂ ਫਿਰ ਨਾਲ ਦੀ ਨਾਲ ਅਤੇ ਲਓ ਵੀ ਮਿੱਤਰ ਹੁਣ ਆਪਾਂ ਗੱਡੀ ਕੱਢ ਲਈ ਅਤੇ ਸਹਿਜ ਕਹਿੰਦਾ ਮੈਨੂੰ ਰਾਹ 'ਚ ਹੀ ਬਿਠਾ ਲਈ ਉਹਨੂੰ ਮੈਂ ਰਾਹ 'ਚ ਹੀ ਬਿਠਾ ਲੈਣਾ ਅਤੇ ਚੱਲਦੇ ਹਾਂ ਹੁਣ ਉਹਦੇ ਕੋਲ ਕਰਾਉਂਦੇ ਹਾਂ ਜਿਹੜਾ ਮਾੜਾ ਮੋਟਾ ਇਹਦਾ ਟੇਪਿੰਗ ਦਾ ਰਹਿੰਦਾ ਆ ਮੈਂ ਕਿਹਾ ਇਹਨੂੰ ਵੀ ਵਧੀਆ ਬਣਾ ਲਈਏ ਥੋੜ੍ਹੀ ਜਿਹੀ ਟਰੈਕਟਰ 'ਤੇ ਰੀਝ ਲਾਈ ਜਾਂਦੇ ਹਾਂ ਇਹ 'ਤੇ ਵੀ ਜਾਣਾ ਹੁੰਦਾ ਇਹਨੇ ਵੀ ਥੋੜ੍ਹਾ ਜਿਹਾ ਵਧੀਆ ਕਰੀਏ ਚੱਲ ਕਰਾਉਂਦੇ ਹਾਂ ਜਾ ਕੇ ਹੁਣ ਉੱਥੇ ਕੰਮ ਕੁੰਮ ਇਹਦਾ ਲਓ ਵੀ ਗਰੇਵਾਲ ਦਾ ਲੋਗੋ ਨਵਾਂ ਕੱਢ ਲਿਆ ਉਹ ਘੱਸ ਜੇ ਗਿਆ ਥੋੜ੍ਹਾ ਜਿਹਾ ਫਿੱਟ ਗਿਆ ਸੀਗਾ ਅਤੇ
ਆ ਤਾਂ ਤੁਹਾਨੂੰ ਪਤਾ ਹੀ ਆ ਕੀ ਪਤਾ ਇੱਕ ਆ ਪਲੇਟ ਲਵਾਉਣੀ ਆ ਕੀ ਪਤਾ ਯਾਰ ਪਹਿਲਾਂ ਦੱਸ ਇੱਕ ਆ ਪਲੇਟ ਲਵਾਉਣੀ ਆ ਪਲੇਟ ਵੱਜੀ ਨਾ ਨਿਸ਼ਾਨ ਪੈ ਜਾਣਾ ਆ ਦੇ ਲੈ ਹੁਣ ਮੈਂ ਡੀਜ਼ਲ ਚੈੱਕ ਕਰਾਉਣੇ ਆ ਉਹ ਵੀਰੇ ਪੈਟਰੋਲ ਆਏ ਤੈਨੂੰ ਮੈਂ ਦੱਸ ਯਾਰ ਕੀ ਕਹੇ ਬੰਦਾ ਨਾ ਇਹਨੂੰ ਪੈਟਰੋਲ ਨੂੰ ਤੂੰ ਡੀਜ਼ਲ ਕਹੀ ਜਾਣਾ ਕੱਲ੍ਹ ਨੂੰ ਤੂੰ ਪਾਣੀ ਨੂੰ ਡੀਜ਼ਲ ਕਹਿੰਦੇ ਆ ਕੀ ਕਹੇ ਹੁਣ ਤੈਨੂੰ ਚੱਲ ਕੋਈ ਨਹੀਂ ਆ ਰਹਿਣ ਦੇ ਇਹ ਆਪਣਾ ਜੇ ਆਰ ਆਟ ਹੁਣੀ ਗਰੇਵਾਲ ਪਾਟਣ ਲੱਗੇ ਨੇ ਤੇ ਨਵਾਂ ਲਾਉਣਗੇ ਫਿਰ ਉਹ ਚੱਕ ਹੀ ਮਾਰੀ ਲਾ ਕੇ ਹੁਣ ਆਰ ਨੂੰ ਹੱਥ ਪਾ ਲਿਆ ਜਦੋਂ ਇਹ ਆਰ ਨੂੰ ਹੱਥ ਪਾ ਲੈਂਦਾ ਨਾ ਤੇ ਪੱਟ ਕੇ ਉਹ ਮਾਰਦਾ ਤੇ ਨਾਲ ਦੇ ਮੁੰਡੇ ਜਦੋਂ ਡਬਲ ਜੀ ਨੂੰ ਹੱਥ ਪਾ ਲੈਂਦੇ ਆ ਨਾ ਲੈਂਦੀ ਨੀ ਗੀ ਇਹ ਤਾਂ ਫਿਰ ਤੇ ਜੇ ਆਰ ਆਟ ਨੇ ਕੰਮ ਖਿੱਚਿਆ ਹੋਇਆ ਕਹਿੰਦੇ ਸਾਰੇ ਅੱਖਰ ਪੜਤੇ ਜਦੋਂ ਇੱਕ ਵੀ ਨੀ ਲਿਆ ਉਹ ਹੀਟ ਨਾ ਮਾਰ ਚੱਕ ਦੋ ਕੰਮ ਗੱਡੀ ਵੀ ਕਹਿੰਦੇ ਪੂਰੀ ਲਿਬੜੀ ਪਈ ਆ ਦੇਖੋ ਇਹ ਵੀ ਹੁਣ ਸਾਫ਼ ਕਰਾਉਣੀ ਪੈਣੀ ਆ ਉਹ ਸਹਿਜ ਗਲਾਸ ਉੱਪਰ ਹੀ ਝੱਕ ਗਿਆ ਅਸੀਂ ਇੱਧਰ ਆਪਣਾ ਗਰੇਵਾਲ ਚਿਪਕਾ ਤਾ ਤੇ ਨੰਬਰ ਪਲੇਟ ਰਹਿ ਗਈ ਇੱਕ ਇੰਸਟਾ ਆਈ ਡੀ ਰਹਿ ਗਈ ਲਿਖਾਉਣੀ ਬਾਕੀ ਦੇਖਦੇ ਹਾਂ ਕੀ ਬਣਦਾ ਵਾ ਹੋਰ ਕੋਈ ਕਰਾਉਂਦੇ ਕਿ ਨਹੀਂ ਕਰਾਉਂਦੇ ਲੋ ਵੀ ਨੰਬਰ ਪਲੇਟ ਵੀ ਆਪਣੀ ਨਵੀਂ ਲੱਗ ਗਈ ਪੁਰਾਣੀ ਟੁੱਟ ਜੇ ਗਈ ਸੀਗੀ ਆਹ ਟੇਪ ਜੀ ਲਾ ਕੇ ਮੇਰੀ ਖੜਾਈ ਹੋਈ ਸੀ ਟੇਪ ਵੀ ਲਾ ਦਈਏ ਚੱਕੋ ਸਰਕਾਰੀ ਅਪਲਾਈ ਕਰ ਦਾਂਗੇ ਨੰਬਰ ਪਲੇਟਾਂ ਚਲਾਉਣ ਜ਼ਰੂਰ ਕੱਟਣਾ ਇੱਕ ਇੰਸਟਾ ਆਈ ਡੀ ਲਿਖਾ ਲਈਏ ਬਸ ਚੱਲਦੇ ਹਾਂ ਫਿਰ ਘਰ ਨੂੰ ਲੋ ਵੀ ਗੱਡੀ ਦਾ ਵੀ ਕੰਮ ਕਰਾ ਲਿਆ ਸੀ ਇਹਦਾ ਵੀ ਕੰਮ ਕਰਾ ਲਿਆ ਸਾਰਾ ਅਤੇ ਗੱਡੀ ਆਪਣੀ ਉਹ ਖੜੀ ਆ ਇੱਧਰ ਕਤੂਰਿਆਂ ਦੀ ਨਹਾਈ ਧੋਈ ਹੁੰਦੀ ਆ ਇੱਕ ਬੀਗਲ ਆ ਤਿੰਨ ਹਸਕੀ ਦੇ ਆ ਤੁਹਾਨੂੰ ਬੀਗਲ ਅਤੇ ਹਸਕੀ ਵੀ ਦਿਖਾਉਂਦੇ ਹਾਂ ਇੱਧਰ ਆਪਣਾ ਰੈੱਡ ਹਾਰਸ ਅਤੇ ਹਸਕੀ ਅਤੇ ਬੀਗਲ ਕੁੱਤੀ ਆਪਣੀ ਇੱਧਰ ਬੈਠੀ ਆ ਅਤੇ ਬੀਗਲ ਕੁੱਤਾ ਆਪਣਾ ਅਲੱਗ ਪਿੰਜਰੇ 'ਚ ਤਾੜਿਆ ਹੁੰਦਾ ਵਾ ਚੈੱਕ ਕਰੋ ਪੇਂਟਰ ਇਹਦੀ ਨਸਲ ਆ ਬਹੁਤ ਪੁਰਾਣੀ ਨਸਲ ਆ ਇਹ ਬਹੁਤ ਪੁਰਾਣਾ ਕੁੱਤਾ ਇਹ ਆਪਣਾ ਲੋ ਵੀ ਹੁਣ ਵਾਰੀ ਇਹਨਾਂ ਨੂੰ ਸੁਕਾਉਣ ਦੀ ਇਹਨਾਂ ਨੂੰ ਸੁਕਾ ਲਈਏ ਲੋ ਵੀ ਸੁਕਾਤੇ ਹੁਣ ਮੈਨੂੰ ਰੱਖ ਦਈਏ ਪੱਖਾ ਚਲਾ ਦਿੰਦੇ ਹਾਂ ਇੱਧਰ ਹਸਕੀ ਵੀ ਨਾਲ ਜੀ ਲੋ ਵੀ ਨਵਾਤੇ ਤਿੰਨੇ ਟਾਈਗਰ ਰਹਿ ਗਿਆ ਇਕੱਲਾ ਬਸ ਉਹਨੂੰ ਵੀ ਨਵਾ ਦਈਏ ਹੁਣ ਕੁੱਤੇ ਦਾ ਸਾਰੇ ਨਵਾਤੇ ਅਤੇ ਆਪਣੇ ਨਵੇਂ ਜਾਨਵਰ ਵੀ ਉੱਡਦੇ ਆ ਉਹ ਵੀ ਲਾਉਣ ਲੱਗੇ ਹੋਏ ਆ ਅਤੇ ਅੱਜ ਦਾ ਵਲੋਗ ਕਰਦੇ ਇੱਥੇ ਸਮਾਪਤ ਮਿਲਦੇ ਆ ਕਿਸੇ ਹੋਰ ਨਵੇਂ ਵਲੋਗ ਦੇ ਵਿੱਚ ਅਤੇ ਵਲੋਗ ਵਧੀਆ ਲੱਗਿਆ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਅਤੇ ਸਬਸਕ੍ਰਾਈਬ ਕਰ ਲਿਓ ਮਿਲਦੇ ਆ ਇੱਕ ਹੋਰ ਨਵੇਂ ਵਲੋਗ ਦੇ ਵਿੱਚ।